ਮੇਰੇ ਕੋਲ 6 ਕਿੱਲੇ ਜ਼ਮੀਨ ਦੇ ਨੇ ਜੀ, ਅਤੇ ਮੈਂ ਕਣਕ ਝੋਨੇ ਦੀ ਖੇਤੀ ਕਰਦਾ ਜੀ, ਅਤੇ ਮਤਲਬ ਸਾਨੂੰ ਜਿਹੜੇ ਕਿਸਾਨ ਸਾਡੇ ਉਹ ਗਏ ਨੇ ਉੱਥੇ ਅੰਦੋਲਨ ਕਰਨ, ਉਹ ਵੀ ਸਾਡੇ ਭਰਾ ਨੇ ਜੀ, ਅਸੀਂ ਖੇਤੀ ਕਰਦੇ ਹਾਂ, ਅਸੀਂ ਉਹਨਾਂ ਦੇ ਨਾਲ ਸਾਰਾ ਸਹਿਮਤ ਹਾਂ ਜੀ। ਜੇ ਤੁਹਾਨੂੰ ਇਹ ਪਤਾ ਕਿ ਜਿਹੜੀ MSP ਦੀ ਮੰਗ ਕਰਦੇ ਨੇ ਉਹ ਜਾਂ WTHO ਤੋਂ ਬਾਹਰ ਰਹਿੰਦੇ ਗੱਲਾਂ ਕਰ ਰਹੇ ਨੇ, ਉਹ ਤੁਸੀਂ ਇਹਨਾਂ ਚੀਜ਼ਾਂ ਬਾਰੇ ਜਾਣੂ ਹੋਗੇ? ਹਾਂਜੀ ਹਾਂਜੀ, ਸਾਨੂੰ ਪਤਾ ਜੀ, ਸਾਡੇ ਕਿਸਾਨ ਬਹੁਤ ਸਿਆਣੇ ਨੇ ਜੀ, ਆਪਦੇ ਸਮਝਦਾਰ ਨੇ, ਉਹ ਆਪਦੇ ਆਪ ਹੀ ਜੋ ਲੜਦੇ ਨੇ ਠੀਕ ਲੜ ਰਹੇ ਨੇ ਜੀ। ਸਾਨੂੰ ਇਹਨਾਂ ਦੀ ਗਰੰਟੀ ਚਾਹੀਦੀ ਹੈ ਜੀ MSP 'ਤੇ, ਅਤੇ ਕਾਨੂੰਨ ਬਣਾਉਣਾ ਚਾਹੀਦਾ ਇਹ। ਕਿਉਂ? ਕਾਰਨ? ਕਾਰਨ ਇਹ ਆ ਜੀ, ਸਾਨੂੰ ਸਮਰਥਨ ਮੁੱਲ ਨਹੀਂ ਮਿਲ ਰਹੇ ਫਸਲਾਂ ਦੇ। ਅਸੀਂ ਪਾਣੀ ਡੂੰਘਾ ਹੋ ਰਿਹਾ, ਕਿੰਨਾ ਕੁ ਚਿਰ ਜੀਰੀ ਲਾਵਾਂਗੇ, ਕਿੰਨਾ ਕੁ ਚਿਰ ਕਣਕ ਬੀਜਾਂਗੇ, ਜੇ ਅਸੀਂ ਹੋਰ ਫਸਲਾਂ ਵੀ ਬੀਜਣੀਆਂ ਚਾਹੁੰਦੇ, ਸਾਨੂੰ ਹੋਰ 'ਤੇ ਵੀ ਉਹ ਮਿਲਣਾ ਚਾਹੀਦਾ। ਅਸੀਂ ਕਰਜ਼ਾਈ ਹੋਈ ਜਾਂਦੇ ਜੀ, ਸਾਡੀ ਫਸਲ ਦਾ ਰੇਟ ਨਹੀਂ ਮਿਲ ਰਿਹਾ ਸਾਨੂੰ, ਬੈਂਕਾਂ ਦਾ ਲੋਨ ਜ਼ਿਆਦਾ ਆ, ਸਾਡਾ ਫਸਲ ਦਾ ਮੁੱਲ ਮਿਲ ਨਹੀਂ ਰਿਹਾ ਜੀ। ਅੱਛਾ, ਤੁਹਾਨੂੰ ਧਰਨਾ ਚੱਲ ਰਿਹਾ ਸਾਰੇ ਬੋਰਡਰਾਂ ਦੇ ਉੱਪਰ? ਹਾਂਜੀ। ਮਤਲਬ ਕਿ ਫਿਰ ਤੁਸੀਂ ਨਹੀਂ ਗਏ ਜਾਂ ਤੁਸੀਂ ਵਿੱਚ ਜਾਂਦੇ ਹੋ ਜਾਂ ਨਹੀਂ ਜਾਂਦੇ ਤੁਸੀਂ? ਅਸੀਂ ਉਹਨਾਂ ਦੇ ਨਾਲ ਹਾਂ ਜੀ, ਅਸੀਂ ਘਰ ਸਾਡੇ ਨਾਲ ਦੇ ਬੰਦੇ ਗਏ ਹੋਏ ਨੇ ਜੀ, ਵਿੱਚੋਂ ਘਰਾਂ 'ਚੋਂ ਜਾਂਦੇ ਨੇ ਜੀ ਮੈਂਬਰ ਵਿੱਚ ਦੀ, ਅਤੇ ਅਸੀਂ ਉਰੇ ਖੇਤੀਬਾੜੀ ਵੀ ਦੇਖਦੇ ਹਾਂ ਜੀ, ਉਹਨਾਂ ਨੂੰ ਸਾਰਾ ਸਮਾਨ ਵੀ ਪਹੁੰਚਾਉਂਦੇ ਹਾਂ ਜੀ ਉੱਥੇ ਬਾਰਡਰਾਂ 'ਤੇ। ਅਸੀਂ ਖੇਤੀ ਕਰਦੇ ਹਾਂ ਜੀ 15 ਕਿੱਲਿਆਂ ਦੀ, ਅਸੀਂ ਲਾਉਂਦੇ ਹਾਂ ਜੀ ਕਣਕ ਅਤੇ ਜੀਰੀ ਜੀ। ਫਸਲਾਂ ਦਾ ਖੈਰ ਹੋਰ ਵੀ, ਸਾਡੀ ਜ਼ਮੀਨ ਵਧੀਆ ਨੇ ਜੀ, ਫਸਲਾਂ ਹੋਰ ਵੀ ਹੋ ਸਕਦੀਆਂ ਨੇ, ਪਰ ਦੂਜੀਆਂ ਫਸਲਾਂ MSP ਹੈ ਨਹੀਂ ਜੀ। ਮੱਕੀ ਵੀ ਲਾ ਸਕਦੇ ਹਾਂ ਜੀ, ਅਸੀਂ ਸਰ੍ਹੋਂ ਵੀ ਲਾਉਂਦੇ ਹਾਂ ਜੀ, ਮੱਕੀ ਬਥੇਰੀ ਵਧੀਆ ਹੁੰਦੀ ਹੈ ਜੀ, ਪਰ ਉਹ ਰੇਟ 'ਚ ਮਾਰ ਪੈਂਦੀ ਹੈ ਜੀ, ਉਹ ਫਸਲਾਂ 'ਤੇ ਰੇਟ ਨਹੀਂ ਪੂਰਾ ਮਿਲ ਰਿਹਾ। ਹਾਂ ਜੀ, ਜੇ ਹਾਂ ਮੂੰਗੀ ਕਪਾਹ ਵੀ ਵਧੀਆ ਹੁੰਦੀ, ਹਰੇਕ ਫਸਲ ਹੋਊਗੀ ਜੀ ਇੱਥੇ, ਜ਼ਮੀਨਾਂ ਵਧੀਆ ਨੇ ਜੀ, ਜਿਹੜੀ ਮਰਜ਼ੀ ਫਸਲ ਲਾ ਲਈਏ ਜੀ। ਜੇ ਦੂਜੀਆਂ ਫਸਲਾਂ ਸਾਨੂੰ ਮਿਲੇ ਜੀ, ਪਾਣੀ ਜਿਵੇਂ ਥੱਲੇ ਜਾ ਰਿਹਾ ਜੀ, ਫਿਰ ਬਦਲ ਕੇ ਫਸਲਾਂ ਦੂਜੀਆਂ ਲੱਗ ਸਕਦੀਆਂ ਨੇ ਜੀ। ਦਿੱਲੀ ਧਰਨੇ ਦੇ ਤੁਹਾਡੇ ਸਾਥੀ ਗਏ ਹੋਏ ਨੇ ਬਾਰਡਰਾਂ ਦੇ ਵਿੱਚ? ਹਾਂ ਜੀ, ਗਏ ਹੋਏ ਨੇ ਅਸੀਂ, ਸਾਡੇ ਜਿਵੇਂ ਇਕੱਲਾ ਇਕੱਲਾ ਬੰਦਾ ਜੀ ਹਰੇਕ ਘਰੇ, ਜਿਵੇਂ ਉਹ ਗਏ ਹੋਏ ਨੇ ਜੀ, ਅਸੀਂ ਮਗਰ ਉਹਨਾਂ ਦੀ ਮਦਦ ਕਰਦੇ ਹਾਂ ਜੀ, ਜਾਂ ਅਸੀਂ ਵੀ ਜਾਂਦੇ ਜੀ, ਉਹ ਵੀ ਜਾਂਦੇ ਨੇ, ਬਦਲ ਕੇ ਜਾਂਦੇ ਨੇ ਜੀ ਬੰਦੇ। ਮਦਦ ਕਿਵੇਂ ਕਰਦੇ ਤੁਸੀਂ? ਜਿਵੇਂ ਉਹਨਾਂ ਘਰੇ ਕੋਈ ਜਿਵੇਂ ਕਣਕ ਕਰਵਾਉਣ ਵਾਲੇ ਜੀ, ਉਹਨਾਂ ਦੀ ਇਸ ਰੋਟ ਘਰੇਲੂ ਕੰਮ ਜੀ, ਰੇਹ ਪਾਉਣ ਵਾਲਾ ਪਵਾ ਦਿੰਦੇ ਜੀ। ਤੁਹਾਨੂੰ ਪਤਾ ਵੀ ਜਿਹੜੀ ਲੜਾਈ ਕਿਸਾਨ ਲੀਡਰ ਮੰਗ ਰਹੇ ਨੇ WTHO ਤੋਂ ਬਾਹਰ ਹੋਣਾ, MSP ਦੀ ਮੰਗ, MSP ਬਾਰੇ ਜਾਣਦੇ ਹੋ ਤੁਸੀਂ? ਹਾਂਜੀ ਹਾਂਜੀ, ਜਿਵੇਂ ਉਹ ਤਾਂ ਫਿਰ ਦੋ ਫਸਲਾਂ ਦੇ ਜੇ ਸਾਰਿਆਂ 'ਤੇ ਮਿਲੇ ਜੀ, ਫਿਰ ਆਪੀ ਫਸਲਾਂ ਦੂਜੀਆਂ ਲੱਗਣਗੀਆਂ ਜੀ, ਮੱਕੀ 'ਤੇ, ਕਪਾਹ ਨਰਮਿਆਂ 'ਤੇ, ਮੂੰਗੀ 'ਤੇ, ਸਰ੍ਹੋਂ 'ਤੇ ਮਿਲੇ ਜੀ, ਫਿਰ ਦੋ ਫਸਲਾਂ ਦੀ ਲੋੜ ਹੀ ਨਹੀਂ ਜੀ ਲਾਉਣ ਦੀ, ਸਾਰਿਆਂ 'ਤੇ ਲੱਗੂਗੀ ਜੀ। ਅੱਛਾ, ਕਿੰਨੇ ਚਿਰ ਤੋਂ ਤੁਸੀਂ ਖੇਤੀ ਨਾਲ ਜੁੜੇ ਹੋਏ? ਅਸੀਂ ਤਾਂ ਨਿਆਣੇ ਹੁੰਦੇ ਜੁੜੇ ਹੋਏ ਜੀ, 40 ਸਾਲ ਹੋ ਗਏ ਜੀ, 45। ਦੇਖੋ ਗੱਲ ਇਹ ਹੈਗੀ, ਜਿਹੜਾ ਬਾਰਡਰਾਂ ਦੇ ਉੱਤੇ ਕਿਸਾਨ ਖੜ੍ਹੇ ਨੇਗੇ ਜਾਂ ਲੜ ਰਹੇ ਨੇ ਜਾਂ ਇੱਥੇ ਪੰਜਾਬ ਦੇ ਵਿੱਚ ਲੜ ਰਹੇ ਨੇਗੇ, ਮੰਗ ਇੱਕੋ ਹੀ ਹੈਗੀ, ਮੰਗ 'ਚ ਕੋਈ ਫਰਕ ਨਹੀਂ ਹੈਗਾ। ਜਿਹੜਾ ਤਸ਼ੱਦਦ ਉਹਨਾਂ 'ਤੇ ਸਰਕਾਰ ਨੇ ਕੀਤਾ ਹੈਗਾ, ਅਸੀਂ ਉਹਨਾਂ ਦੀ ਹਮਾਇਤ ਕੀਤੀ ਹੈ, ਉਹਨਾਂ ਦੀ ਹਮਦਰਦੀ ਪ੍ਰਗਟਾਈ ਹੈਗੀ, ਕਿਉਂਕਿ 15 ਤਰੀਕ ਨੂੰ ਅਸੀਂ ਉਹਨਾਂ ਦੇ ਸਮਾਂ 'ਚ ਰੇਲਾਂ ਬੰਦ ਕਰੀਆਂ ਨੇ ਪੰਜਾਬ ਦੇ ਵਿੱਚੋਂ, ਅਤੇ 16 ਨੂੰ ਅਸੀਂ ਹਿੰਦੁਸਤਾਨ ਬੰਦ ਦਾ ਸੱਦਾ, ਹਿੰਦੁਸਤਾਨ ਬੰਦ ਕੀਤਾ ਹੈਗਾ, ਅਤੇ ਉਸ ਤੋਂ ਬਾਅਦ BJP ਦੇ 3 ਜਿਹੜੇ ਪ੍ਰਮੁੱਖ ਚਿਹਰੇ ਨੇ ਪੰਜਾਬ ਦੇ ਵਿੱਚ, ਉਹਨਾਂ ਦੇ ਘਰਾਂ ਦੇ ਅੱਗੇ ਅਸੀਂ ਰੋਸ ਪ੍ਰਗਟ ਕੀਤਾ, ਅਤੇ ਪੰਜਾਬ ਦੇ ਟੋਲ ਪਲਾਜ਼ੇ ਫ੍ਰੀ ਕਰੇ ਨੇ। ਅਸੀਂ ਵੀ ਲੜਾਈ ਦੇ ਵਿੱਚ ਆਂਗੇ, ਜਿਹੜੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਵੀ ਸੰਘਰਸ਼ ਦੇ ਵਿੱਚ ਹੈ, ਮੈਦਾਨ ਦੇ ਵਿੱਚ ਹੈਗਾ। ਅੱਛਾ, ਜਿਹੜੇ ਕਿਸਾਨ ਨਹੀਂ ਜਾ ਰਹੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ, ਜਾਂ ਸਾਰੇ ਕਿਸਾਨ ਕਹਿ ਰਹੇ ਕਿ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਆ ਇਕੱਲਿਆਂ ਦਾ, ਇਹ ਬਾਕੀ ਦੇਖਦਿਆਂ ਦਾ ਨਹੀਂ ਹੈਗਾ? ਨਹੀਂ, ਦੇਖੋ ਕੱਲ੍ਹ ਮੀਟਿੰਗ ਹੋਈ ਆ ਸੰਯੁਕਤ ਕਿਸਾਨ ਮੋਰਚੇ ਦੀ, ਜਿਹਦੇ ਤਹਿਤ ਅੱਗੇ ਪ੍ਰੋਗਰਾਮ ਆਏ ਨੇਗੇ। 26 ਤਰੀਕ ਨੂੰ, 26 ਫਰਵਰੀ ਨੂੰ ਹਿੰਦੁਸਤਾਨ ਪੱਧਰ ਦੇ ਉੱਤੇ ਟਰੈਕਟਰ ਮਾਰਚ ਕੱਢਿਆ ਜਾਊਗਾ ਸਰਕਾਰ ਦੇ ਵਿਰੁੱਧ, ਅਤੇ ਉਸ ਤੋਂ ਅੱਗੇ 14 ਮਾਰਚ ਨੂੰ ਹਿੰਦੁਸਤਾਨ ਪੱਧਰ 'ਤੇ ਦਿੱਲੀ ਦੇ ਵਿੱਚ ਕਿਸਾਨ ਪੰਚਾਇਤ ਕੀਤੀ ਜਾ ਰਹੀ ਹੈਗੀ।
ਇਹ ਇਕੱਲੇ ਪੰਜਾਬ ਦਾ ਨਹੀਂ ਹੈਗਾ, ਹੁਣ ਇਹ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਸਮੱਸਿਆ ਹੈਗੀ। ਕਿਉਂਕਿ ਜਿਹੜੀ MSP ਹੈਗੀ, MSP ਹਿੰਦੁਸਤਾਨ ਦੇ ਕਿਸਾਨਾਂ ਦੀ ਸਮੱਸਿਆ ਹੈ, ਕਰਜ਼ੇ ਦੀ ਸਮੱਸਿਆ ਹਿੰਦੁਸਤਾਨ ਦੇ ਕਿਸਾਨਾਂ ਦੀ ਹੈਗੀ, ਕਿੰਨੀਆਂ ਮੰਗਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਹੋਰ, ਜਿਹੜੀਆਂ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਸਮੱਸਿਆ ਹੈਗੀ। ਸਾਰੇ ਹਿੰਦੁਸਤਾਨ ਦੇ ਕਿਸਾਨ ਆਉਣਗੇ ਮੈਦਾਨ ਦੇ ਵਿੱਚ।